कृष्ण के गुण गानंत मन तन जाप मन तन जाप एक भगवंत मन तन जाप एक भगवंत नानक एक जाता गुरु प्रसाद गुरु प्रसाद नानक एक जाता नानक एक जाता एको एक एक हरियाप एको एक एक हरियाप पूरन पूर रहो प्रभु व्याप अनक विस्तार एक ते है अनक विस्तार एक ते है एक अराध एक अराध पराछित गए एक अराध पराछित गए मन तन अंतर एक प्रभु राता मन तन अंतर एक प्रभु राता गुरु प्रसाद गुरु प्रसाद नानक एक जाता गुरु
कोई होर दूजा नहीं। आन ना बिया तेरी समसर तेरे वर्गा, तेरी समसर जैसा तू तैसा तू ही, तैसा तू ही, तू जुग जुग एको जैसा तू तैसा तू ही, सब लोग की दूजे भाई दुख पाए, सब लोग की सतगुर मैनू एक दिखाया, गुरु प्रसाद नानक एक जाता, सतगुर मैनू एक दिखाया, गुर कहया गुर कहया सब एको एको, गुरु प्रसाद नानक एक जाता, गुर कहया सब एको एको, आवर ना कोई होएगा और ना कोई होएगा जियो, गुर कहया सब एको गुर प्रसाद। पिछली बार एक ख्याली विचार आरंभ होया सी कि ओ मालिक गुण रूप है, उस दे गुण गावना ही उनकी भगती है, सब गुण तेरे मैं ना ही कोय विन गुण कीते भगत ना, उस दे गुणा नू अपने जीवन विच धारण करना ही भगती है, ते गुणा करके ही आत्मा परमात्मा विच प्रवेश कर दी। जेड़ा आपां कई बार कहने गुरबाणी दी तुक भी है, संतन संग कबीरा बिगरे हो सो कबीर रामे होए निबरे हो, राम कबीरा एक भय है। ते मैं एक बार की सी कबीर दा कोई चेहरा नहीं बदल गया, कबीर दा शरीरक साइज नहीं बदले, हाइट नहीं बदल गई, सिर्फ गुण बदल गया, विचारधारा बदल गई, और रब वाले गुण अंदर आके वस गए, उन्होंने गुणा ने रब बना दिता। जिहड़ा आपां कहने आ ना भगत विच ते रब विच कोई अंतर नहीं, ओ इउं ही। हुण मसला आया सी कि तेरे गुण बहुत है,
ਮੈਂ ਕਿਹੜਾ ਕਿਹੜਾ ਗੁਣ ਹਿਰਦੇ ਵਿੱਚ ਵਸਾਵਾਂ। ਤੇ ਇਸੇ ਦਾ ਨਾਮ ਹੀ ਨਾਮ ਹੈ। ਮੈਂ ਪਿਛਲੇ ਲੜੀ ਨੂੰ ਜੋੜਨਾ ਚਾਹੁੰਦਾ। ਤੇ ਫਿਰ ਮਸਲਾ ਆਇਆ ਸੀ ਕਿ ਨਾਮ ਸੱਚ, ਕਿਉਂਕਿ ਬਾਣੀ ਵਿੱਚ ਬਾਰ ਬਾਰ ਸੱਚ ਨਾਮ ਮੇਰੇ ਹਿਰਦੇ ਵਸੇ। ਸੰਸਾਰ ਅੰਦਰ ਝੂਠ ਨਾਮ ਵੀ ਨੇ ਜਿਹੜੇ ਸਾਡੇ ਨੇ, ਜਿਹੜੇ ਕਿਆਫਿਆਂ ਨਾਲ ਅੰਦਾਜ਼ੇ ਨਾਲ ਲੋਕਾਂ ਨੇ, ਮਾਤਾ ਪਿਤਾ ਨੇ, ਬਰਾਦਰੀਆਂ ਨੇ ਰੱਖੇ ਨੇ। ਅਤੇ ਰੱਬ ਦਾ ਨਾਮ ਕਿਆਫੇ ਦਾ ਨਹੀਂ, ਕਿਉਂਕਿ ਉਹਦਾ ਮਾਤਾ ਪਿਤਾ ਕੋਈ ਨਹੀਂ। ਇਸ ਲਈ ਉਹਦਾ ਨਾਮ ਉਹਦੇ ਗੁਣਾਂ ਤੋਂ ਪਿਆ ਹੈ, ਜਿਹੜਾ ਸੱਚ ਨਾਮ ਹੈ ਉਹਨੂੰ ਝੂਠ ਨਾਮ ਨਹੀਂ ਕਿਹਾ ਜਾ ਸਕਦਾ। ਫਿਰ ਮਸਲਾ ਆਇਆ ਸੀ ਕਿ ਉਹਦਾ ਸੱਚ ਨਾਮ ਕਿਵੇਂ ਹੈ, ਸੱਚ ਨਾਮ ਕਿਵੇਂ ਹੈ, ਉਹਦੀ ਗਿਣਤੀ ਦਾ ਮਸਲਾ ਆਇਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਦੇ ਗੁਣਾਂ ਦਾ ਹੀ ਆਰੰਭ ਹੈ। ਮੂਲ ਗੁਣ ਜਿਹਦੇ ਵਿੱਚੋਂ ਅੱਗੇ ਸ਼ਾਖਾ ਅਤੇ ਫੁੱਲ ਫਲ ਅਣਗਿਣਤ ਗੁਣ ਨਿਕਲਦੇ ਨੇ। ਗੁਰੂ ਨੇ ਵੀ ਬਾਣੀ ਵਿੱਚ ਆਖਿਆ, ਗੁਣ ਵਿੱਚ ਗੁਣ ਲੈ ਸਾਰ। ਉਹਨਾਂ ਗੁਣਾਂ ਦੀ ਬਹੁਤਾਤ ਵਿੱਚੋਂ ਜਿਹੜੇ ਸਾਰ ਗੁਣ ਨੇ, ਮੂਲ ਗੁਣ ਨੇ, ਜੜ ਰੂਪ ਨੇ, ਜਿਹਦੇ ਵਿੱਚੋਂ ਗੁਣਾਂ ਦਾ ਬੇਅੰਤ ਸੰਗ੍ਰਹਿ ਨਿਕਲਦਾ, ਉਹਨਾਂ ਗੁਣਾਂ ਦੀ ਵਿਚਾਰ ਕਰ। ਅਤੇ ਮੂਲ ਮੰਤਰ ਉਹਨਾਂ ਗੁਣਾਂ ਦੀ ਵਿਚਾਰ ਹੈ। ਮੂਲ ਦਾ ਅਰਥ ਹੀ ਜੜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਰੰਭ ਵਿੱਚ ਮੂਲ ਮੰਤਰ ਰੱਖ ਦਿੱਤਾ, ਗੁਣਾਂ ਦਾ ਸੰਗ੍ਰਹਿ, ਗੁਣਾਂ ਦਾ ਖਜ਼ਾਨਾ। ਹੁਣ ਆਪਾਂ ਇਸ ਵਾਰ ਵਿਚਾਰਨਾ ਸੀ ਵੀ ਆਪਾਂ ਮੂਲ ਮੰਤਰ ਸ਼ੁਰੂ ਕਰੀਏ। ਮੂਲ ਮੰਤਰ ਨੂੰ ਸਮਝਣ ਨਾਲ ਰੱਬ ਦੇ ਗੁਣਾਂ ਦੀ ਸੰਪੂਰਨ ਸੰਭਾਲ ਹੋ ਜਾਂਦੀ ਹੈ। ਮੂਲ ਮੰਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਜਿੰਦਾ ਆਦ ਅਤੇ ਮੂਲ ਮੰਤਰ ਦਾ ਆਦ ਅਤੇ ਸੰਪੂਰਨਤਾ ਦੋਨੋਂ ਚੀਜ਼ਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੌੜੀ ਸੁਖਮਣੀ ਦੀ ਇਸ ਪੌੜੀ ਵਿੱਚ ਆ ਗਈਆਂ। ਆਰੰਭ ਕੀ ਹੈ? ਇੱਕ ਓਂਕਾਰ। ਹੁਣ ਇੱਥੇ ਵੀ ਦੋ ਲਫ਼ਜ਼ ਨੇ ਦਾ ਸੁਮੇਲ ਹੈ। ਇੱਕ ਜਿਹੜਾ ਹਿੰਸਾ ਹੈ, ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੰਦਰ ਜਾ ਕੇ ਇੱਕ ਲਫ਼ਜ਼ ਅੱਖਰਾਂ ਨਾਲ ਵੀ ਅਨੇਕਾਂ ਵਾਰ ਪਾਇਆ ਹੋਇਆ ਹੈ, ਪਰ ਇੱਥੇ ਨਹੀਂ ਪਾਇਆ। ਇੱਥੇ ਇੱਕ ਲਫ਼ਜ਼ ਹਿੰਸੇ ਨਾਲ ਹੈ। ਅੱਗੇ ਓਂਕਾਰ ਲਫ਼ਜ਼ ਅੱਖਰਾਂ ਨਾਲ ਹੈ। ਹੁਣ ਇੱਕ ਖਿਆਲ ਕਰਿਓ, ਲਫ਼ਜ਼ ਦੇ ਕਈ ਅਰਥ ਹੁੰਦੇ ਨੇ, ਵਿਚਾਰਨ ਦਾ ਸੁਭਾਅ ਹੈ। ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵੀ ਕਈ ਵਾਰ ਕਈ ਸ਼ਬਦਾਂ ਦੇ ਅਰਥ ਇੱਕ ਇੱਕ ਦੋ ਦੋ ਵੀ ਕਰ ਜਾਂਦੇ ਨੇ, ਤਿੰਨ ਤਿੰਨ ਵੀ ਕਰ ਜਾਂਦੇ। ਲਫ਼ਜ਼ਾਂ ਦੇ ਅਰਥ ਦੂਜਾ ਹੋ ਸਕਦਾ, ਪਰ ਹਿੰਸੇ ਦਾ ਅਰਥ ਦੂਜਾ ਨਹੀਂ ਹੁੰਦਾ। ਹੁਣ ਇੱਕ ਨੂੰ ਤੁਸੀਂ ਦੋ ਨਹੀਂ ਆਖ ਸਕਦੇ, ਇੱਕ ਨੂੰ ਤੁਸੀਂ ਤਿੰਨ ਨਹੀਂ ਆਖ ਸਕਦੇ। ਇੱਕ ਇੱਕ ਰਹਿੰਦਾ, ਇੱਕ ਦਾ ਅਰਥ ਵੀ ਇੱਕ ਰਹਿੰਦਾ। ਹੁਣ ਇੱਥੇ ਦੋ ਚੀਜ਼ਾਂ ਨੂੰ ਇਕੱਠਾ ਕੀਤਾ ਗਿਆ, ਇੱਕ ਨੂੰ ਅਤੇ ਓਂਕਾਰ ਨੂੰ। ਓਂਕਾਰ ਦਾ ਅੱਖਰੀ ਅਰਥ ਹੈ ਆ ਜਿਹੜਾ ਇੱਥੇ ਤੁਕ ਆਇਆ ਹੈ, ਵਿਸਥੀਰਨ, ਇਹ ਅਣਕ ਵਿਸਥਾਰ, ਏਕ ਅਤੇ ਭੈ, ਵਿਸਥਾਰ ਅਤੇ ਇੱਕ ਦੋ ਚੀਜ਼ਾਂ ਇਕੱਠੀਆਂ ਹੋ ਗਈਆਂ। ਓਂਕਾਰ ਦਾ ਅਰਥ ਹੈ ਵਿਸਥਾਰ, ਪਸਾਰਾ। ਅਤੇ ਇੱਕ ਦਾ ਕੀਤਾ ਹੋਇਆ ਪਸਾਰਾ, ਇਸ ਲਈ ਦੋ ਚੀਜ਼ਾਂ ਇਕੱਠੀਆਂ ਕਰ ਦਿੱਤੀਆਂ। ਲਫ਼ਜ਼ ਇੱਕ ਓਂਕਾਰ ਕਿੱਥੋਂ ਬਣਿਆ? ਅਨਿਕ ਵਿਸਥਾਰ, ਏਕ ਤੇ ਭੈ,
एक तो ओंकार, निर्गुण तो सरगुण, दो चीजा इकट्ठिया कर दतिया एक क्यों ओंकार लफज विच। और अजीब गल है, मैं फिर दोहरा दिया कि जिथों मूल मंत्र शुरू किया उत्थे एक ओंकार विस्थी रिंदा लफज एक तो शुरू कर लिया, पर फैसला उत्थे अखीर दी तुक इस पौड़ी दे त्याग किया कि गुरप्रसाद नानक जाता मूल मंत्र दा अखीरला लफज भी गुरप्रसाद है, दोवां दा सुमेल उत्थे भी लफज गुरप्रसाद है ते इत्थे भी ये गुरप्रसाद नानक एक जाता। हुण इहदा आरंभ जिहड़ा है ओह क्यों कर है, आपां अज एक क्यों कार दा लफज जिहड़ा उहनूं जरा सोचिए, ओह है एक ते उहदे तों कीता होया विस्थार पसार, क्योंकि गुरु इस कह रहा है समझा रहा है कि भलिया जिन्ना पसारा है जिन्ना विस्थार है दूजी जिन्नी कुदरत है जिन्ना संसार है वो सारा एक ने पैदा किया, अनेक विस्थार एक ते भय। इत्थे एक लफज विच ए दो चीजां दा सारा संग्रह कर दिता ते कर दिता एक ओंकार, एक दा सारा पसारा। हुण गुरबाणी विचों इस गल नूं होर स्पष्ट करिए, सतगुरु कहिंदे ने करण कारण करण कारण सब एक है, अरण कारण सब एक है दूसर नहीं कोई। एक क्यों कार है, एक दा पसारा है, दूजा ते कोई है नहीं इस पसारे विच। और साडा ब्राह्मणिज्म नालों फर्क भी गुरमत गुरबाणी सिद्धांत दा की है, क्योंकि ब्राह्मणिज्म ने पसारे विच अगे, क्योंकि कई भगवान निश्चित करने सन, फिर उन्होंने भगवाना सारे आरे भी लाना सी, किसी ना कोई आर भी देना सी, कोई ड्यूटी भी देना सी। जो मिनिस्टर बहुते हो तो सारे वर्ग विभाग भी वंडे जाते। हुण इन्हें पसारा करने वाला एक नहीं आख्या, ब्रह्मनिज्म ने पसारा करने वाला एक नहीं आख्या। उनके बड़ा लंबा चौड़ा खिलारा पा लिया, लिस्ट बना दी मिनिस्ट्री वालों कि ब्रह्मा घटदा है, ब्रह्मा घटदा है, वो रोटी नहीं दिंदा, वो खुराक नहीं दिंदा, वो पालना नहीं करता, पालना विष्णु करता है। गुरु ने इस सारी गल नूं दृष्टांत वजों जिक्र भी किया है। एक संसारी बनान वाला, एक भंडारी जिंदे कोल खजाने ने रोटी खवाउण वाला, एक लय दी बाण एक मारन वाला। ना ब्रह्मा ब्रह्मा बना सकता मार नहीं सकता, विष्णु रोटी दे सकता है, मारन दी शक्ति उहदे कोल नहीं, मारन दी शक्ति शिवजी कोल है, वंडते ना, मारन दी शक्ति शिवजी कोल है। इत्थे बस नहीं, जे विद्या पढ़नी है संसार अंदर कोई विद्वान होना है तो सरस्वती कोल है, जे पदार्थ इकट्ठा करना है तो लक्ष्मी कोल है, सारे खजाने बन दिते। पर गुरु ने इस दे उल्टे एक फैसला दे दिता, कहन लगे करण कारण प्रभ एक है, करण कारण प्रभ एक है दूसर नहीं को।
ਗੁਣਾਂ ਵਿੱਚੋਂ ਸਭ ਤੋਂ ਵੱਡਾ ਗੁਣ ਹੈ, ਤੂੰ ਸਮਝ। ਅਤੇ ਕਹਿੰਦੇ ਨੇ ਉਹ ਗੁਣ ਕਿਹੜਾ ਹੈ ਕਿ ਉਹਦੇ ਵਰਗਾ ਹੋਰ ਕੋਈ ਹੈ ਨਹੀਂ। ਆਪਾਂ ਰੋਜ਼ ਪੜ੍ਹਨੇ ਆ ਜਪਜੀ ਸਾਹਿਬ ਵਿੱਚ ਗੁਣ ਇਹੋ ਰਹਿਰਾ ਸੁਖ ਵੀ ਪੜ੍ਹਨੇ ਹੋਰ ਨਹੀਂ ਕੋਈ। ਉਹਦਾ ਗੁਣ ਹੈ ਕਿ ਉਹਦੇ ਵਰਗਾ ਹੋਰ ਕੋਈ ਨਹੀਂ। ਇਹ ਨਹੀਂ ਵੀ ਹੋਰ ਕੋਈ ਨਹੀਂ, ਅੱਗੇ ਹੋਇਆ ਵੀ ਕੋਈ ਨਹੀਂ। ਤੇ ਕਹਿਣ ਲੱਗੇ ਇਹ ਵੀ ਆਸ ਨਾ ਰੱਖੋ ਕੋਈ ਉਹਦੇ ਵਰਗਾ ਹੋਰ ਪੈਦਾ ਹੋ ਜਾਏਗਾ। ਗੁਣ ਇਹੋ ਹੋਰ ਨਹੀਂ ਕੋਈ, ਨਾ ਕੋ ਹੋਆ ਨਾ ਕੋ ਹੋਏ। ਗੁਣ ਇਹੋ ਉਹਦੇ ਵਰਗਾ ਕੋਈ ਹੈ ਨਹੀਂ। ਮੈਂ ਇੱਕ ਵਾਰ ਕੀਤੀ ਸੀ, ਇਹੋ ਕਾਰਨ ਹੈ ਕਿ ਉਹਦੇ ਰਾਜ ਵਿੱਚ ਇਲੈਕਸ਼ਨ ਨਹੀਂ ਹੁੰਦਾ, ਕੋਈ ਤਬਦੀਲੀ ਨਹੀਂ ਆਉਂਦੀ, ਕਿਉਂਕਿ ਉਹਦੇ ਮੁਕਾਬਲੇ ਦਾ ਕੋਈ ਹੋਏ ਤਾਂ ਉਹਦੇ ਮੁਕਾਬਲੇ 'ਤੇ ਖੜਾ ਹੋਵੇ। ਇਸ ਲਈ ਇਲੈਕਸ਼ਨ ਕੋਈ ਨਹੀਂ, ਰਾਜੋ ਤਾਂ ਤੇਰਾ ਸਦਾ ਨੇਚਰ, ਉਹ ਕਤੇ ਨਾ ਜਾਵੇ। ਉਹਦਾ ਰਾਜ ਹਮੇਸ਼ਾ ਦਾ ਹੀ ਰਾਜ ਹੈ, ਉਹਦੀ ਚਲਦੀ ਜੋ ਹੁਕਮ ਕਰਦਾ ਉਸ ਫਰਮਾਨ ਨੂੰ ਕੋਈ ਟਾਲ ਨਹੀਂ ਸਕਦਾ। ਸਤਿਗੁਰੂ ਕਹਿੰਦੇ ਨੇ ਵੱਡਾ ਤੇਰਾ ਦਰਬਾਰ, ਸੱਚਾ ਤੋ ਤਖਤ, ਸਿਰ ਸ਼ਾਹ ਪਾਤਸ਼ਾਹ, ਨੇਚਲ ਚੌਰ ਛੱਤ। ਉਹਦਾ ਨੇਚਲ ਚੌਰ ਛੱਤ ਹੈ, ਜੋ ਭਾਵੇ ਪਾਰ ਬ੍ਰਹਮ, ਸੋਈ ਭਲੀ ਸਾਈ ਭਲੀ ਗੱਲ, ਹਰ ਕੋਈ ਸਿਰ ਨੇ ਸਿਰ ਝੁਕਾਉਂਦਾ, ਉਹਦੇ ਸਾਹਮਣੇ ਕੋਈ ਉਦਰ ਨਹੀਂ। ਜੋ ਹੁਕਮ ਕਰ ਦੇਵੇ ਉਸਦੇ ਹੁਕਮ ਨੂੰ ਟਾਲਿਆ ਨਹੀਂ ਜਾ ਸਕਦਾ। ਸਹੀ ਤੇਰਾ ਫੁਰਮਾਨ ਕਿਹਨੇ ਨਾ ਫੇਰੀਏ, ਕੋਈ ਹੈ ਤੇਰੇ ਫੁਰਮਾਨ ਨੂੰ ਫੇਰ ਨਹੀਂ ਸਕਦਾ, ਭਾਵ ਇਗਨੋਰ ਨਹੀਂ ਕਰ ਸਕਦਾ। ਇਸੇ ਲਈ ਕਿਉਂਕਿ ਉਹਦੇ ਰਾਜ ਵਿੱਚ ਇਲੈਕਸ਼ਨ ਨਹੀਂ ਹੁੰਦਾ, ਇਲੈਕਸ਼ਨ ਇਸੇ ਲਈ ਨਹੀਂ ਹੁੰਦਾ, ਰਾਜ ਬਦਲਦਾ ਇਸੇ ਲਈ ਨਹੀਂ, ਉਹ ਪਾਤਸ਼ਾਹ ਇਸ ਲਈ ਇੱਕੋ ਹੀ ਤਖਤ 'ਤੇ ਰਹਿੰਦਾ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਇੱਕੋ ਤਖਤ ਇੱਕੋ ਪਾਤਸ਼ਾਹ, ਬਸ ਉਹਦਾ ਤਖਤ ਵੀ ਇੱਕੋ ਹੈ ਅਤੇ ਉਹਦਾ ਉਸ ਤਖਤ 'ਤੇ ਬੈਠਾ ਹੋਇਆ ਪਾਤਸ਼ਾਹ ਵੀ ਇੱਕੋ ਹੈ, ਉਹਨੇ ਕਦੀ ਬਦਲਣਾ ਹੀ ਨਹੀਂ। ਜੁਗੇ ਜੁਗੰਤਰ ਹੁੰਦਾ ਆਇਆ, ਜੁਗ ਬੀਤ ਗਏ ਪਰ ਉਹਦਾ ਰਾਜ ਨਹੀਂ ਬਦਲਿਆ, ਉਸ ਤਖਤ 'ਤੇ ਕੋਈ ਹੋਰ ਨਹੀਂ ਬੈਠਾ। ਪਰ ਸਾਡਾ ਦੁਖਾਂਤ ਵੀ ਹੋਇਆ, ਅਸੀਂ ਉਸਦੇ ਤਖਤ ਨੂੰ ਵੀ ਹਥਿਆਉਣ ਦੀ ਕੋਸ਼ਿਸ਼ ਕਰਕੇ ਆਪਣੀ ਮਰਜ਼ੀ ਨਾਲ ਆਪਣੀ ਮਰਜ਼ੀ ਦੇ ਵਿਅਕਤੀ ਜਿਹੜੇ ਨੇ ਉਸ ਤਖਤ 'ਤੇ ਬਿਠਾ ਕੇ ਆਖ ਦਿੰਦੇ ਹਾਂ ਇਹਨਾਂ ਦਾ ਹੁਕਮ ਮੰਨੋ। ਗੁਰੂ ਕਹਿੰਦੇ ਨੇ ਉਹ ਇੱਕੋ ਹੈ, ਦੂਜਾ ਹੋ ਹੀ ਨਹੀਂ ਕੋਈ ਸਕਦਾ ਜਿਹੜਾ ਉਹਦੇ ਤਖਤ 'ਤੇ ਬੈਠ ਜਾਏ, ਜਿਹੜਾ ਉਹਦੇ ਤਖਤ 'ਤੇ ਬੈਠ ਕੇ ਆਪਣਾ ਹੁਕਮ ਚਲਾਏ, ਉਹ ਨਹੀਂ ਹੋ ਸਕਦਾ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਇਹੋ ਕਾਰਨ ਹੈ ਕਿ ਉਹਦਾ ਰਾਜ ਹਮੇਸ਼ਾ ਲਈ ਨਿਚਲ ਹੈ, ਉਹਦੇ ਬਰਾਬਰ ਦਾ ਹੋਰ ਕੋਈ ਹੋਰ ਹੈ ਨਹੀਂ, ਤਾਂ ਹੀ ਉਹ ਕਰਕੇ ਉਸਦੇ ਸਾਹਮਣੇ ਇਲੈਕਸ਼ਨ ਕੋਈ ਨਹੀਂ। ਤੂੰ ਇੱਕੋ ਸਾਹਿਬ ਹੈ ਅਤੇ ਸਤਿਗੁਰੂ ਕਹਿੰਦੇ ਨੇ ਕਰਨ ਕਰਨ ਪ੍ਰਵੇਕ ਹੈ। ਉਹਨੇ ਤਾਂ ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ ਵੀ ਨਹੀਂ ਸਮਝਿਆ ਵੀ ਮੈਨੂੰ ਲੋੜ ਹੈ ਇਹਨਾਂ ਕੋਲੋਂ ਸਲਾਹ ਲੈ ਕੇ ਮੈਂ ਸੰਸਾਰ ਬਣਾਵਾਂਗਾ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਕਿ ਉਹ ਇਹੋ ਜਿਹਾ ਹੈ ਕਿ ਆਪਣੀ ਮਰਜ਼ੀ ਨਾਲ ਦੇਹੇ ਲੇਹੇ ਏਕ ਤੂੰ ਜੀਵਨ ਦਿੰਦਾ, ਜੀਵਨ ਨੂੰ ਪਾਲਦਾ, ਸੰਭਾਲਦਾ, ਸੰਭਾਲਦਾ ਵੀ ਹੈ। ਸਤਿਗੁਰੂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੀ ਸ਼ਬਦ ਹੈ, ਹੱਕਾ ਇਰਬਾ, ਹੱਕ ਦਾ ਮਤਲਬ ਰੱਬ, ਅਕਾਲ ਪੁਰਖ ਖੁਦਾਬੰਦ, ਹੱਕਾ ਕਬੀਰ ਤੂੰ ਵੱਡਾ ਹੈ, ਤੇਰੇ ਵਰਗਾ ਵੱਡਾ ਹੋਰ ਕੋਈ ਨਹੀਂ, ਕਰੀਮ ਤੂੰ ਰਹਿਮਤ ਦਾ ਖਜ਼ਾਨਾ ਹੈ, ਤੇਰੇ ਵਰਗੀ ਰਹਿਮਤ ਕੋਈ ਹਰਕ ਨਹੀਂ, ਤੂੰ ਸੰਸਾਰ ਨੂੰ ਰੋਜ਼ੀ ਦੇ ਰਿਹਾ। ਹੱਕਾ ਕਬੀਰ ਕਰੀਮ ਤੂੰ ਬੇਐਬ, ਤੇਰੇ ਵਿੱਚ ਕੋਈ ਕਦੇ ਗੁਣਾ ਪੈਦਾ ਹੀ ਨਹੀਂ ਹੋ ਸਕਦਾ, ਤੇਰੇ ਵਿੱਚ ਕੋਈ ਗਲਤੀ ਅਤੇ ਕਮੀ ਪੈਦਾ ਹੀ ਨਹੀਂ ਹੋ ਸਕਦੀ, ਤੂੰ ਇੱਕੋ ਸਾਹਿਬ ਹੈ। ਬਲਕਿ ਗੁਰੂ ਨੇ ਤਾਂ ਬਾਣੀ ਵਿੱਚ ਆਖਿਆ
ਕਹਿੰਦੇ ਨੇ ਓਂਕਾਰ ਆਦਿ ਮੈਂ ਜਾਣਾਂ ਵਾਂ, ਮੈਂ ਓਂਕਾਰ ਤੋਂ ਪਹਿਲਾਂ ਜਿਹੜਾ ਉਹਦਾ ਆਦਿ ਸੀ ਉਹਨੂੰ ਜਾਣ ਲਿਆ ਅਤੇ ਜਾਣਿਆ ਕੀ ਹੈ, ਲਿਖ ਅਰ ਮੇਟੇ ਤਾਹੇ ਨਾ ਮਾਨਾ, ਜਿਹੜਾ ਲਿਖ ਕੇ ਉਹਨੂੰ ਮੁੜ ਕੇ ਡਿਲੀਟ ਕਰੇ ਮਿਟਾਵੇ, ਇਹਦਾ ਮਤਲਬ ਪਹਿਲੀ ਗਲਤੀ ਮੰਨ ਰਿਹਾ ਵੀ ਮੈਂ ਕੁਝ ਗਲਤ ਕੀਤਾ ਇਹਨੂੰ ਮਿਟਾ ਦਿਆਂ। ਅੱਜ ਕੱਲ੍ਹ ਕੰਪਿਊਟਰ ਬਣੇ ਨੇ ਉਹਦੇ ਵਿੱਚ ਡਿਲੀਟ ਦਾ ਲਫਜ਼ ਕਿਉਂ, ਸ਼ਕਤੀ ਕਿਉਂ ਆਈ ਹੈ, ਕਿਉਂਕਿ ਮਨੁੱਖ ਨੇ ਕੰਪਿਊਟਰ ਚਲਾਉਣੇ ਅਤੇ ਉਹਦੇ 'ਚ ਗਲਤੀਆਂ ਕਰਨੀਆਂ ਨੇ, ਭੁੱਲਣ ਅੰਦਰ ਸਭ ਕੋ ਮਨੁੱਖ ਭੁੱਲਦਾ ਗਲਤੀ ਕਰਦਾ ਅਤੇ ਫਿਰ ਉਹਨੂੰ ਜਦੋਂ ਗਲਤੀ ਦਾ ਅਹਿਸਾਸ ਹੁੰਦਾ ਫਿਰ ਉਹਨੂੰ ਡਿਲੀਟ ਕਰਦਾ, ਚਲੋ ਇਹਦੀ ਥਾਂ 'ਤੇ ਆਹ ਲਫਜ਼ ਪਾ ਦਿਆਂ। ਪਰ ਰੱਬ ਗਲਤੀ ਕਰਦਾ ਹੀ ਨਹੀਂ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਉਹ ਕਰਤਾਰ ਭੁੱਲਦਾ ਹੀ ਨਹੀਂ, ਇਸ ਲਈ ਉਹਨੂੰ ਡਿਲੀਟ ਕਰਨ ਦੀ ਲੋੜ ਹੀ ਨਹੀਂ ਪੈਂਦੀ। ਅਤੇ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਕਹਿੰਦਾ ਜਿਹੜਾ ਡਿਲੀਟ ਕਰੇ ਜਿਹਨੂੰ ਜਿਹੜਾ ਭੁੱਲ ਨੂੰ ਆਪਦੀ ਨੂੰ ਅਹਿਸਾਸ ਕਰਕੇ ਫਿਰ ਮਿਟਾਏ ਮੈਂ ਉਹਨੂੰ ਰੱਬ ਹੀ ਨਹੀਂ ਮੰਨਦਾ। ਸਤਿਗੁਰੂ ਬਾਣੀ ਵਿੱਚ ਕਹਿੰਦੇ ਲਿਖ ਆਰ ਮੇਟੇ ਤਾਹੇ ਨਾ ਮਾਨਾ, ਮੈਂ ਉਹਨੂੰ ਮੰਨਦਾ ਹੀ ਨਹੀਂ, ਰੱਬ ਹੀ ਨਹੀਂ ਮੰਨਦਾ ਜਿਹੜਾ ਲਿਖ ਕੇ ਮਿਟਾਏ, ਉਹ ਤਾਂ ਭੁੱਲਦਾ ਹੀ ਨਹੀਂ। ਇਸ ਲਈ ਉਹਨੂੰ ਕਿਸੇ ਦੀ ਸਾਹ ਬੀਓ ਪੂਛ ਨਾ ਮਸਲਤ ਕਰੇ, ਗੁਰਬਾਣੀ ਹੈ ਕਹਿਣ ਲੱਗੇ, ਕਿਸੇ ਦੂਜੇ ਕੋਲੋਂ ਪੁੱਛ ਕੇ ਸਲਾਹ ਲੈ ਕੇ ਉਹ ਸੰਸਾਰ ਨਹੀਂ ਘੜ ਰਿਹਾ। ਜੇ ਉਹ ਦੂਜੇ ਕੋਲੋਂ ਸਲਾਹ ਲੈਂਦਾ ਹੁੰਦਾ ਤਾਂ ਅਸੀਂ ਉਹਨੂੰ ਆਪਣੀ ਮਰਜ਼ੀ ਦੀ ਸਲਾਹ ਮੰਨ ਦਿੰਦੇ, ਸਾਨੂੰ ਇਹ ਜਿਹਾ ਪੁੱਤਰ ਚਾਹੀਦਾ ਹੈ, ਉਹ ਜੀ ਧੀ ਚਾਹੀਦੀ, ਉਹ ਤਾਂ ਕਿਸੇ ਦੀ ਸਲਾਹ ਲੈਂਦਾ ਹੀ ਨਹੀਂ। ਬਲਕਿ ਗੁਰੂ ਨੇ ਬਾਣੀ ਅੰਦਰ ਹਰ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਪਸ਼ਟ ਕੀਤਾ ਹੈ। ਕਹਿਣ ਲੱਗੇ ਤੂੰ ਕਹਿੰਦਾ ਹੈ ਬ੍ਰਹਮਾ ਵਿਸ਼ਨੂੰ ਮਹੇਸ਼ ਸ਼ਿਵਜੀ, ਇਹ ਸੰਸਾਰ ਬਣਾਉਣ ਵਿੱਚ ਉਹਨੂੰ ਪਾਲਣ ਸੰਭਾਲਣ ਅਤੇ ਉਹਨੂੰ ਤਰਤੀਬ ਦੇਣ ਵਿੱਚ ਰੱਬ ਦੇ ਅਕਾਲ ਪੁਰਖ ਦੇ ਸਹਾਇਕ ਨੇ, ਪਰ ਗੁਰੂ ਨੇ ਬਾਣੀ ਵਿੱਚ ਫੈਸਲਾ ਦੇ ਦਿੱਤਾ, ਕਹਿੰਦਾ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ, ਕੋਈ ਨਹੀਂ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾ ਹੀ ਕੋਈ। ਕਹਿਣ ਲੱਗੇ ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ, ਅਵਰ ਨਾ ਦਿਸੈ, ਮੈਨੂੰ ਕੋਈ ਨਹੀਂ ਦਿਸਦਾ, ਅਵਰ ਨਾ ਦਿਸੈ ਇੱਕੋ ਸੋਈ, ਮੈਨੂੰ ਇੱਕ ਪ੍ਰਭੂ ਤੋਂ ਬਿਨਾਂ ਹੋਰ ਕੋਈ ਦਿਸਦਾ ਹੀ ਨਹੀਂ, ਸਾਜਣ ਵਾਲਾ ਜਾਂ ਸਵਰਨ ਵਾਲਾ, ਦੇਹੇ ਲੇਹੇ ਏਕ ਤੂੰ ਦਿਗਰ ਕੋ ਨਹੀਂ। ਸੰਸਾਰ ਨੂੰ ਜੀਵਨ ਵੀ ਦੇਣਾ ਹੈ, ਜੀਵਨ ਨੂੰ ਰੋਜ਼ੀ ਵੀ ਦੇਣਾ ਹੈ, ਅਤੇ ਜਦੋਂ ਦਿਲ ਚਾਹੇ ਤੂੰ ਸਭ ਕੁਛ ਲੈ ਵੀ ਸਕਣਾ ਹੈ, ਤੇਰੇ ਕੋਲ ਲੈਣ ਦੀ। ਇਸ ਲਈ ਗੁਰੂ ਨੇ ਬਾਣੀ ਵਿੱਚ ਕਹਿ ਦਿੱਤਾ ਉਹਦੇ ਹੁਕਮ ਵਿੱਚ ਰਹਿਣਾ, ਕਿਉਂਕਿ ਦੇਣ ਅਤੇ ਲੈਣ ਦੀ ਸ਼ਕਤੀ ਕੇਵਲ ਉਸ ਕੋਲ ਹੈ। ਇਸ ਲਈ ਸਤਿਗੁਰੂ ਨੇ ਬਾਣੀ ਵਿੱਚ ਕਹਿ ਦਿੱਤਾ ਦਸ ਵਸਤੂ ਲਿਪਾ ਛੇ ਪਾਵੇ, ਇੱਕ ਵਸਤ ਕਰਨ ਵੇ ਖੋਟ ਗਵਾਵੇ, ਜਦੋਂ ਦਿੰਦਾ ਹੈ ਉਦੋਂ ਤੂੰ ਬੜਾ ਖੁਸ਼ ਹੁੰਦਾ। ਦਸ ਵਸਤੂ ਲਿਪਾ ਛੇ ਪਾਵੇ, ਇੱਕ ਦਸ ਵਸਤੂ ਲੈ ਪਾਛੇ ਪਾ, ਇੱਕ ਵਸਤ ਕਾਰਨ ਬਿਖੋਟ ਗਵਾਵੇ, ਭਲਾ ਕੇ ਕਹਿਣ ਲੱਗੇ ਏਕ ਵੀ ਨਾ ਦੇ, ਫਿਰ ਤੂੰ ਕਿਸੇ ਦੀ ਸਿਫਾਰਿਸ਼ ਪਵਾ ਸਕਣਾ, ਉਹਨੇ ਕਿਸੇ ਦੀ ਸਲਾਹ 'ਤੇ ਚੱਲਣਾ, ਤੂੰ ਉਹਦੇ ਦਰ 'ਤੇ ਕੋਈ ਰਿਸ਼ਵਤ ਦੇ ਕੇ ਆਪਣੀ ਮਰਜ਼ੀ ਚਲਾ ਸਕਣਾ। ਕਹਿਣ ਲੱਗੇ ਏਕ ਵੀ ਨਾ ਦੇ, ਦਸ ਵੀ ਹਿਰ ਲੇ, ਜਿਹੜੀ ਉਹਨੇ ਤੈਨੂੰ ਦਸ ਦਿੱਤੀਆਂ ਹੋਈਆਂ ਨੇ ਉਹ ਵੀ ਤੇਰੇ ਕੋਲ ਵਾਪਸ ਲੈ ਲਏ, ਤਾਂ ਉਹ ਮੂੜਾ ਕੌਕਾਂ ਕਰੇ, ਦਸ ਮੂਰਖਾ ਤੂੰ ਫਿਰ ਕੀ ਕਰ ਲਏਗਾ, ਉਹਦੀ ਮਰਜ਼ੀ ਦੇ ਸਾਹਮਣੇ ਤੇਰੀ ਮਰਜ਼ੀ 'ਤੇ ਚੱਲਣੀ ਕੋਈ ਨਹੀਂ। ਕਹਿਣ ਲਈ ਏਕ ਲੱਗੇ ਏਕ ਵੀ ਨਾ ਦੇ, ਦਸ ਵੀ ਹਿਰ ਲੇ, ਤੋ ਮੂੜਾ ਕੋ ਕਹਾਂ ਕਰੇ। ਇਸ ਲਈ ਚੰਗੀ ਗੱਲ ਤਾਂ ਇਹ ਹੈ ਜਿਸ ਠਾਕਰ ਸਿਓ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ, ਉਸ ਦੇ ਸਾਹਮਣੇ ਸਿਰ ਝੁਕਾ, ਉਹ ਇੱਕੋ ਹੈ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ। ਪਰ ਮਸਲਾ ਆਉਂਦਾ ਹੈ ਮਨੁੱਖ ਨੂੰ ਇਸ ਗੱਲ 'ਤੇ ਯਕੀਨ ਕਿਵੇਂ ਆਵੇ। ਲਓ ਸਾਰਾ ਯਕੀਨ ਦਿਵਾਉਣ ਦਾ ਸਾਧਨ ਗੁਰੂ ਕੋਲ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਕੀ ਹੈ,
मूल मंत्र ਨੂੰ ਸਮਝਾਉਣ ਦਾ ਤਰੀਕਾ ਸਾਰੀ ਬਾਣੀ ਮੂਲ ਮੰਤਰ ਨੂੰ ਸਮਝਾ ਰਹੀ ਹੈ ਇਸ ਲਈ ਮੂਲ ਮੰਤਰ ਦਾ ਪਹਿਲਾ ਲਫ਼ਜ਼ ਜਿਹੜਾ ਹੈ ਉਹ ਹੈ ਇੱਕ ਓਂਕਾਰ ਜਿਸ ਦਾ ਅਰਥ ਹੈ ਉਹ ਸਾਰਾ ਪਸਾਰਾ ਜਿਸ ਵਿੱਚ ਤੂੰ ਵੀ ਸ਼ਾਮਿਲ ਹੈ ਜਿਸ ਦੀ ਗਿਣਤੀ ਵਿੱਚ ਤੂੰ ਵੀ ਆਉਣਾ ਹੈ ਉਹ ਸਾਰਾ ਪਸਾਰਾ ਇੱਕ ਮਾਲਕ ਦਾ ਹੈ ਇਸ ਲਈ ਚੰਗੀ ਗੱਲ ਹੈ ਕਿ ਤੂੰ ਉਸਨੂੰ ਪਛਾਣ ਕੇ ਉਸ ਏਕੇ ਦੇ ਸਾਹਮਣੇ ਚੁੱਕ ਜਾ ਸਾਡਾ ਦੁਖਾਂਤ ਅੱਜ ਕੀ ਨਾ ਸਾਡਾ ਗੁਰੂ ਇੱਕ ਨਾ ਸਾਡੀ ਮਰਿਆਦਾ ਇੱਕ ਨਾ ਸਾਡਾ ਨਿਤਨੇਮ ਇੱਕ ਨਾ ਸਾਡੀ ਰਹਿਰਾਸ ਇੱਕ ਸਾਰਾ ਕੁਛ ਤਾਂ ਸਾਡਾ ਇੱਕ ਇੱਕ ਤੋਂ ਬਾਹਰ ਨਿਕਲ ਚੁੱਕਾ ਹੈ ਅਸੀਂ ਇੱਕ ਦੇ ਬਣੇ ਨਹੀਂ ਇਸ ਲਈ ਸਾਨੂੰ ਸਮਝ ਨਹੀਂ ਆ ਰਹੀ ਹਾਲਾਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ ਉਹ ਸਭ ਤੋਂ ਪਹਿਲਾਂ ਉਹਦੇ ਲਈ ਇਹ ਸ਼ਰਤ ਹੈ ਇੱਕ ਓਂਕਾਰ ਉਹ ਆਪਣੇ ਆਪ ਵਿੱਚ ਵਿਸ਼ਵਾਸ ਰੱਖੇ ਮੈਂ ਇੱਕੇ ਦਾ ਹਾਂ ਉਸੇ ਨੇ ਪੈਦਾ ਕੀਤਾ ਹੈ ਉਸੇ ਦੇ ਹੱਥ ਮੇਰਾ ਜੀਵਨ ਹੈ ਦੇਹੇ ਲੇਹੇ ਏਕ ਤੂੰ ਦਿਗਰ ਕੋ ਨਹੀਂ ਮੈਂ ਆਪਣਾ ਸਿਰ ਉਸੇ ਅੱਗੇ ਝੁਕਾਉਣਾ ਹੈ ਹੋਰ ਕਿਸੇ ਅੱਗੇ ਨਹੀਂ ਇਹ ਸਿੱਖ ਦਾ ਮੂਲ ਮੰਤਰ ਦਾ ਪਹਿਲਾ ਲਫ਼ਜ਼ ਜਿਹੜਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਦਾ ਇਹ ਆਰੰਭ ਹੈ ਇਸ ਲਈ ਜਿਹਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਪੜ੍ਹਨਾ ਉਹਨੂੰ ਇਹ ਗੱਲ ਸਮਝਣੀ ਪਏਗੀ ਕਿ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਅਤੇ ਉਸ ਸ਼ਬਦ ਵਿਚਾਰ ਵਿੱਚ ਕੀ ਹੈ ਇੱਕ ਓਂਕਾਰ ਸਭ ਤੋਂ ਪਹਿਲਾ ਲਫ਼ਜ਼ ਸਭ ਤੋਂ ਪਹਿਲਾ ਗੁਣ ਉਸ ਦੀ ਨਿਸ਼ਾਨੀ ਉਸ ਮਾਲਕ ਦੀ ਉਹ ਹੈ ਇੱਕ ਓਂਕਾਰ ਮੂਲ ਮੰਤਰ ਦਾ ਆਰੰਭ ਅਤੇ ਇਸ ਇੱਕ ਓਂਕਾਰ 'ਤੇ ਭਰੋਸਾ ਕਿਵੇਂ ਪੈਦਾ ਹੁੰਦਾ ਹੈ ਗੁਰੂ ਨੇ ਆਖਿਆ ਗੁਰਪ੍ਰਸਾਦ ਇਸ ਲਈ ਮੂਲ ਮੰਤਰ ਦਾ ਵੀ ਅਖੀਰਲਾ ਲਫ਼ਜ਼ ਆਪਾਂ ਦੇਖਾਂਗੇ ਮੂਲ ਮੰਤਰ ਹੈ ਅਤੇ ਇੱਥੇ ਵੀ ਇਹੋ ਲਫ਼ਜ਼ ਨੇ ਗੁਰਪ੍ਰਸਾਦ ਨਾਨਕ ਇੱਕ ਜਾਤਾ ਸ਼ੁਰੂ ਹੋ ਕੇ ਅਸੀਂ ਮੂਲ ਮੰਤਰ ਗੁਰਪ੍ਰਸਾਦ ਵਿੱਚੋਂ ਸਮਝਣਾ ਹੈ ਤਾਂ ਕਿ ਸਾਨੂੰ ਰੱਬ ਦੇ ਗੁਣਾਂ ਦਾ ਮੂਲ ਦਾ ਜੜ ਦਾ ਪਤਾ ਲੱਗੇ ਤਾਂ ਕਿ ਅਸੀਂ ਉਸ ਜੜ ਤੋਂ ਬਾਕੀ ਸਾਰੀਆਂ ਸ਼ਾਖਾ ਫੁੱਲ ਫਲ ਨੂੰ ਪਛਾਣ ਸਕੀਏ ਜਿਹੜੇ ਗੁਣ ਬਹੁਤੇ ਨੇ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਇੱਕ ਨੂੰ ਜਾਣੀਏ ਤਾਂ ਕਿ ਬਹੁਤੇ ਗੁਣਾਂ ਦਾ ਵੀ ਪਤਾ ਪਛਾਣ ਹੋ ਸਕੇ ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚਿਖਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।